ਅੰਦਰਲਾ ਗੁਰਦੁਆਰਾ ਬੜਾ ਵਧੀਆ ਉਪਰਾਲਾ ਕਰ ਰਹੇ ਆ ਤੇ ਜਿਹੜਾ ਤੁਸੀਂ ਗਰੀਬਾਂ ਵਾਸਤੇ ਕਰਦੇ ਹੋ ਨਾ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਇਹ ਇਹ ਅਗਰ ਤੁਹਾਡੇ ਵਾਂਗੂ ਜਿਸ ਤਰ੍ਹਾਂ ਕੱਟੂ ਪਿੰਡ ਨੇ ਕੀਤਾ ਇਸ ਹਿਸਾਬ ਨਾਲ ਹਰ ਪਿੰਡ ਦੇ ਵਿੱਚ ਇਹ ਕੰਮ ਕਰਨ ਤਾਂ ਮੈਂ ਕਹਿੰਦਾ ਯਾਰ ਆਪਾਂ ਇਸ ਨਾਮਰਾਜ ਬਿਮਾਰੀ ਤੋਂ ਬਹੁਤ ਛੇਤੀ ਫਤਿਹ ਪਾ ਸਕਦੇ ਠੀਕ ਹੈ ਨਾ ਔਰ ਇੱਕ ਹੋਰ ਚੀਜ਼ ਮੈਂ ਕਹਾਂਗਾ ਵੀ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਇਹ ਚੀਜ਼ ਦਾ ਖਿਆਲ ਰੱਖੋ ਵੀ ਜਿੰਨਾ ਵੀ ਹੋ ਸਕੇ ਜਿਹਦੇ ਘਰ ਲੰਗਰ ਨਹੀਂ ਹੋ ਰਹੇ ਤਿਆਰ ਹੋ ਰਿਹਾ ਮੈਂ ਪ੍ਰਸ਼ਾਦਾ ਨਹੀਂ ਬਣ ਰਿਹਾ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਓ ਔਰ ਸਿਰਫ ਦੋ ਬੰਦੇ ਜਾਣ ਪੂਰੀ ਸੇਫਟੀ ਨਾਲ ਜਾਣ ਠੀਕ ਹੈ ਪ੍ਰਸ਼ਾਦਾ ਦੇ ਕੇ ਆਓ ਔਰ ਜਿਸ ਤਰ੍ਹਾਂ ਤੁਸੀਂ ਉਪਰਾਲਾ ਕਰ ਰਹੇ ਹੋ ਕੱਟੂ ਪਿੰਡ ਵਾਲੇ ਇਸ ਤਰ੍ਹਾਂ ਹੀ ਜੇ ਸਾਰੇ ਪਿੰਡ ਔਰ ਸਾਰਾ ਪੰਜਾਬ ਇਸ ਤਰ੍ਹਾਂ ਉਪਰਾਲਾ ਕਰੇ ਮੈਂ ਕਹਿੰਦਾ ਪੰਜਾਬ ਖੁਸ਼ਹਾਲ ਹੈ ਤੇ ਹੋਰ ਅੱਗੇ ਰਸਤੇ ਤੇ ਜਾਊਗਾ ਰੋਜੀ ਰੋਟੀ ਸਿਰਫ ਮਜ਼ਦੂਰੀ ਤੇ ਹੀ ਹੈ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਹਰ ਇੱਕ ਤਿਆਰ ਕਰਕੇ ਕੱਲੇ ਕੱਲੇ ਉੱਥੇ ਪਹੁੰਚਦਾ ਕਰ ਰਿਹਾ ਬਹੁਤ ਬਹੁਤ ਵਧੀਆ ਉਪਰਾਲਾ ਤੁਹਾਡਾ ਜਿਸ ਹਿਸਾਬ ਨਾਲ ਤੁਸੀਂ ਕੱਟੂ ਪਿੰਡ ਵਾਲੇ ਕਰ ਰਹੇ ਹੋ ਇਸ ਹਿਸਾਬ ਨਾਲ ਜੇ ਸਾਰੇ ਪਿੰਡ ਵਾਲੇ ਖੁਦ ਕਰ ਰਹੇ ਆ ਕੇ ਤਾਂ ਮੈਂ ਕਹਿੰਦਾ ਯਾਰ ਬੰਦਾ ਰੋਊਗਾ ਨੀ ਔਰ ਅੰਦਰ ਆਰਾਮ ਨਾਲ ਬੈਠਾ ਰੱਬ ਰੱਬ ਕਰਦਾ ਰਹੂਗਾ ਗੁੱਸਾ ਕਰ ਲਿਆ ਕੋਈ ਜਿਹੜੀ ਪਿੰਡ ਦੇ ਵਿੱਚ ਮੰਡੀਰ ਫਾਲਤੂ ਫਿਰਦੀ ਹੈ ਜਿਹਨੂੰ ਤਾਂ ਕੋਈ ਜ਼ਰੂਰੀ ਕੰਮ ਆ ਜਿਵੇਂ ਕੋਈ ਸਿਲੰਡਰ ਲੈਣ ਆ ਰਿਹਾ ਜਾਂ ਕੋਈ ਦਵਾਈ ਲੈਣ ਆ ਰਿਹਾ ਜਾਂ ਕੋਈ ਹਰਾ ਚਾਰਾ ਲੈਣ ਜਾ ਰਿਹਾ ਜਿਹਨੂੰ ਪ੍ਰੋਬਲਮ ਆ ਉਹ ਦੱਸੂਗਾ ਉਹਨੂੰ ਛੱਡਿਆ ਜਾਊਗਾ ਜਿਹੜੀ ਮੰਡੀਰ ਉੱਦਾਂ ਡਰਾਮਾਬਾਜ਼ੀ ਕਰਦੀ ਹੈ ਮਜ਼ਾਕ ਸਮਝਦੀ ਹੈ ਇਸ ਚੀਜ਼ ਨੂੰ ਔਰ ਉੱਤੇ ਮੈਂ ਪਰਚਾ ਦੇਊਂਗਾ 188 ਦਾ 188 ਦਾ ਪਰਚਾ ਦੇਊਂਗਾ ਫਿਰ ਤੁਸੀਂ ਮੇਰੇ ਪਿੱਛੇ ਨਹੀਂ ਆਉਣਾ ਕਿਸੇ ਇਸ ਕਿਸਮ ਦੇ ਬੰਦੇ ਵੇੜੇ ਚ ਗੇੜਾ ਤੈਅ ਕਰੋ।